ਠੀਕ ਹੈ ਜੀ। ਸੋ ਨਾਲ ਦੀ ਨਾਲ ਦੋਸਤੋ ਪੂਰਾ ਅਸੀਂ ਆਨੰਦ ਲੈ ਰਹੇ ਹਾਂ। ਪਿੱਛੇ ਤੁਸੀਂ ਦੇਖ ਰਹੇ ਹੋ ਕਿੱਡਾ ਵੱਡਾ ਜਾਲ, ਵੱਡੇ ਵੱਡੇ ਜਾਲ ਬਣਾਏ ਆ, ਕਬੂਤਰ ਫਿਰਦੇ ਆ। ਸੋ ਕਬੂਤਰ ਵੀ ਤੁਹਾਨੂੰ ਦਿਖਾਉਣੇ ਆ, ਗੱਲਾਂ ਬਾਤਾਂ ਵੀ ਕਰਨੀ ਹੈ ਕੁਛ ਕੁ ਪੁਰਾਣੀਆਂ। ਜਿੱਦਾਂ ਹੁਣ ਇਹਨਾਂ ਨੇ ਕਿਹਾ ਜੀ ਥੋੜ੍ਹੀ ਜਿਹੀ ਨਾ ਇੱਕ, ਮੈਂ ਜਦੋਂ ਕਿਤੇ ਗੱਲਬਾਤ ਕਰਦਾ ਇਨਸਾਫ 'ਤੇ ਬਹੁਤ ਪ੍ਰੋਬਲਮ ਹੁੰਦੀ ਹੈ, ਹੈ ਨਾ। ਉਹ ਸਾਰੇ ਦੱਸਦੇ ਆ, ਕਹਿੰਦੇ ਜਿਵੇਂ ਤੁਸੀਂ ਦੱਸਿਆ ਕਿ ਬੜੇ ਵਧੀਆ ਹੋ ਰਹੀਆਂ ਬਾਜ਼ੀਆਂ, ਫਿਰ ਇੱਕ ਗੱਲ ਵਿੱਚ ਉੱਠ ਕੱਢਦੀ ਆ ਕਿ ਯਾਰ ਇਨਸਾਫ ਵਧੀਆ ਹੋਣਾ ਚਾਹੀਦਾ। ਕੀ ਤੁਹਾਨੂੰ ਲੱਗਦਾ ਕਿ ਜਿੰਨੀਆਂ ਬਾਜ਼ੀਆਂ ਹੋ ਰਹੀਆਂ ਕਲੱਬਾਂ ਦੀਆਂ ਇਨਸਾਫ ਸਹੀ ਹੋ ਗਿਆ? ਹਾਂਜੀ, ਜਿੰਨੀਆਂ ਵਧੀਆ ਬਾਜ਼ੀਆਂ ਜਿਵੇਂ ਹੁਣ ਘਣੀਆਂ ਬਾਜ਼ਾ ਕਲੱਬ ਹੋ ਗਿਆ ਜੀ, ਉਹਦੇ ਵਿੱਚ ਉਹਨਾਂ ਨੇ ਐਂਟਰੀਆਂ ਰੱਖੀਆਂ ਸਾਵੇਂ ਬੰਦਿਆਂ ਦੀਆਂ ਐਂਟਰੀਆਂ ਜੀ। ਜੇ ਅੱਜ ਮੰਨ ਲਓ ਮੈਂ ਕਲੱਬ ਬਣਾਉਣਾ ਗਾ, ਮੈਂ ਕੀ ਕਰਨਾ, ਮੈਂ ਫੋਨ ਕਰ ਕਹਿਣਾ ਯਾਰ ਮੈਂ ਕਲੱਬ ਬਣਾਇਆ ਹੈਗਾ ਅਤੇ ਐਂਟਰੀਆਂ, ਉਹਨਾਂ ਦੀ ਇਹੋ ਜਿਹੀ ਕੋਈ ਗੱਲ ਨਹੀਂ। ਉਹਨਾਂ ਨੇ ਕਲੱਬ ਬਣਾਇਆ, ਲੋਕ ਉਹਨਾਂ ਨੂੰ ਆਪ ਜਾ ਕੇ ਐਂਟਰੀਆਂ ਫੜਾ ਕੇ ਆਉਂਦੇ, ਉਹਨਾਂ ਨੇ ਇੱਕ ਦਿਨ ਡੇਟ ਦੇਣੀ ਹੈ, ਠੀਕ ਹੈ ਵੀ ਇਸ ਦਿਨ ਨੂੰ ਸਾਨੂੰ ਐਂਟਰੀਆਂ ਫੜਾਂਗੀਆਂ। ਉਹਨਾਂ ਦੇ ਕਲੱਬ ਵਿੱਚ ਆਪਾਂ ਕੋਈ ਇਹੋ ਜਿਹੀ ਇਨਸਾਫ ਵਾਲੀ ਗੱਲ ਹੀ ਨਹੀਂ ਸੁਣੀ ਵੀ ਉਹਨਾਂ ਨੇ ਕਦੇ ਕੋਈ ਗਲਤ, ਹੋ ਸਕਦਾ ਜਾਣ ਬੁੱਝ ਕੇ ਕੋਈ ਨਹੀਂ ਕਰਦਾ ਜੀ, ਕਈ ਵਾਰੀ ਹੋਰ ਗਲਤੀਆਂ ਤਾਂ ਇਨਸਾਨ ਤੋਂ ਹੁੰਦੀਆਂ। ਹਾਂ, ਵੈਸੇ ਕੋਈ ਅੱਜ ਤੱਕ ਉਹਨਾਂ ਦੀ ਕੋਈ ਆਪਾਂ ਇਹੋ ਜਿਹੀ ਗੱਲ ਨਹੀਂ ਸੁਣੀ ਘੜੀਆਂ ਬਾਜ਼ੀ ਕਲੱਬ ਵਾਲੀ, ਠੀਕ ਹੈ। ਬਾਜ਼ੀਆਂ ਟੌਪ ਦੀਆਂ ਹੁੰਦੀਆਂ, ਦੇਖੋ ਜੀ ਕਿਸੇ ਦਾ ਕੋਈ ਜੀ ਨਹੀਂ ਕਰਦਾ ਵੀ ਆਪਾਂ ਕੋਈ ਗਲਤ ਫੈਸਲਾ ਕਰਕੇ ਜਾ ਕੇ, ਇਹਦੀ ਕੋਈ ਸਮਝ ਨਹੀਂ, ਉਦੋਂ ਇਹ ਜਿਹਾ ਹੁੰਦਾ ਵੀ ਮਤਲਬ ਨਹੀਂ ਕਿਸੇ ਤੋਂ ਜੱਜਮੈਂਟ ਹੁੰਦੀ ਜਾਣ ਬੁੱਝ ਕੇ। ਵਿੱਚ ਹੈਗੇ ਨੇ ਬਹੁਤ ਕਲੱਬ ਇਹੋ ਜਿਹੇ ਨੇ ਜਿਹੜੇ ਕੋਈ ਜਾਣ ਬੁੱਝ ਕੇ, ਜਿਹੜਾ ਕੋਈ ਜਾਣ ਬੁੱਝ ਕੇ ਕਰਦਾ ਗਾ ਉਹਦੀ ਅਗਲੇ ਸਾਲ ਤਾਂ ਮਤਲਬ ਕਿ ਵੀ ਕੋਈ, ਮੈਂ ਤਾਂ ਸੋਚਦਾ ਨਹੀਂ ਕੋਈ, ਜੇ ਕਿਸੇ ਦੀ ਐਂਟਰੀ ਮਤਲਬ ਐਂਟਰੀ ਬੰਦ ਹੀ ਹੋ ਜਾਂਦੀ ਹੈ ਤਕਰੀਬਨ। ਬਹੁਤ ਕਲੱਬ ਵੇਖਿਆ ਜਿਹਨਾਂ ਦੇ ਵਿੱਚ ਰੌਲਾ ਪਿਆ ਅਤੇ ਉਹ ਕਲੱਬ ਅਗਲੇ ਸਾਲ ਚੱਲੇ ਨੇ, ਇਹਨਾਂ ਦੇ ਕਲੱਬ ਨੂੰ ਮੇਰੇ ਹਿਸਾਬ ਨਾਲ ਜੀ ਹੋ ਗਏ 8-10 ਸਾਲ ਚੱਲਦੇ ਆ। ਜੇ ਕੋਈ ਮਤਲਬ ਉਹਨਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਤਾਂ ਲੋਕਾਂ ਨੇ ਐਂਟਰੀ ਨਹੀਂ ਕਰਾਉਣੀ, ਉੱਥੇ ਕੀ ਜਾਈਏ, ਕੀ ਕਰਨ ਜਾਣਾ ਵਧੀਆ। ਹੁਣ ਐਤਕੀ ਉਹਨਾਂ ਨੇ ਫਿਰ 4 ਬਾਜ਼ੀਆਂ ਤਾਂ ਕਰਾਉਣੀਆਂ, 5000 ਰੁਪਈਏ ਮੁੱਢਦੀਆਂ ਜੀ, ਅਤੇ 4 ਬਾਜ਼ੀਆਂ ਕਰਾਉਣੀਆਂ 32 ਮੁੱਢਦੀਆਂ ਜੀ। ਇੱਥੋਂ ਦੂਰ ਦੂਰ ਦੇ ਲੋਕ ਜਿਹੜੇ ਦਿੱਲੀ ਤੱਕ ਦੇ ਹੋ ਗਏ, ਇੱਧਰੋਂ ਸਾਡੇ ਗਾਮੀਆਣਾ ਪਿੰਡ ਆ ਜੀ ਉਹ ਐਂਡ 'ਤੇ, ਉਹ ਲੋਕ ਐਡੀ ਵੱਟੋਂ ਜਾ ਕੇ ਥਾੜ ਕਲੱਬ ਦੇ ਵਿੱਚ ਫਰੀ ਕੋਕਲੇ ਬਾਜ਼ੀਆਂ ਕਿਉਂ ਛੱਡਦੇ ਜੀ? ਚੰਗੀਆਂ ਹੁੰਦੀਆਂ ਕਾਂ ਛੱਡਦੀਆਂ, ਬਹੁਤ ਪਿੰਡ ਆ ਜਾਂਦੇ ਰਾਹ ਦੇ ਵਿੱਚ, ਰਾਜ ਬਹੁਤ ਕਲੱਬ ਵੀ ਆ, ਵਧੀਆ ਬਾਜ਼ੀਆਂ ਵਧੀਆ ਬਾਜ਼ੀਆਂ। ਬਿਲਕੁਲ ਦੋਸਤੋ, ਜਿਹੜੇ ਕਿੰਨੇ ਕਲੱਬ ਬਣ ਰਹੇ ਆ, ਠੀਕ ਹੈ ਤੁਸੀਂ ਜਿੰਨੇ ਵੀ ਕਲੱਬ ਬਣਾਓ ਚੰਗੀ ਗੱਲ ਆ, ਕਿਉਂਕਿ ਸ਼ੌਂਕ ਇੱਕ ਵਧੀਆ ਹੁੰਦਾ, ਸ਼ੌਂਕ ਦੇ ਨਾਲ ਅੱਜ ਕੱਲ੍ਹ ਤਾਂ ਮੈਂ ਕਹਿੰਦਾ ਹੁੰਦਾ ਕਿ ਇਹ ਬਿਜ਼ਨਸ ਵੀ ਬਣ ਗਿਆ, ਕਿਉਂਕਿ ਟਾਈਮ ਬਹੁਤ ਲਾਉਣਾ ਪੈਂਦਾ ਜੀ, ਬਹੁਤ ਸਾਰਾ ਦਿਨ ਜੇ ਤੁਸੀਂ ਕਬੂਤਰ ਨੂੰ ਲਾਉਣਾ ਸਾਰਾ ਦਿਨ ਨਹੀਂ ਜੀ, ਪੂਰਾ ਜਿਹੜਾ ਮੇਲਾ 2-4 ਮਹੀਨੇ ਦਾ ਤੁਹਾਡਾ ਸੀਜ਼ਨ ਹੁੰਦਾ ਕਬੂਤਰਾਂ ਦੇ ਵਿੱਚ ਲੱਗ ਜਾਂਦਾ ਹੈ। 2-4 ਮਹੀਨੇ ਨਹੀਂ, ਹੁਣ ਤਾਂ ਜੀ ਮਤਲਬ ਕਿ ਸਾਲ ਹੀ ਚੱਲਦਾ ਇੱਕ, ਠੀਕ ਹੈ। ਹੁਣ ਬਾਜ਼ੀਆਂ ਤੇ ਲਾ ਲਓ ਜੀ, ਕਿੱਦਾਂ ਕਢਾਉਣੀ, ਹੁਣ ਤੁਸੀਂ ਬਾਜ਼ੀਆਂ ਤੇ ਲਾ ਲਓ, ਜਨਵਰੀ 'ਚ ਸਟਾਰਟ ਹੁੰਦਾ ਅਤੇ ਦੁਬਾਰੇ ਜਨਵਰੀ ਆਉਣ ਵਾਲੀ ਹੋਊਗੀ, ਰੋਜ਼ ਡੇਲੀ ਦੀਆਂ ਬਾਜ਼ੀਆਂ ਚੱਲਦੀਆਂ, ਹੁਣ 2-2, 4-4 ਅੱਜ ਵੀ ਬਾਜ਼ੀ ਚੱਲੀ ਜਾਂਦੀ ਹੈ, ਜਨਵਰੀ ਤੋਂ ਬਾਜ਼ੀਆਂ ਛੱਡਣੀਆਂ, ਅੱਜ ਪਹਿਲਾਂ ਵੀ ਛੱਡਦੇ ਹੁੰਦੇ ਸਾਡੇ ਵਿਸਾਖ ਦੇ ਵਿੱਚ, ਅਤੇ ਹੁਣ ਜਿਹੜੀਆਂ ਸਿਆਲ ਦੀਆਂ ਬਾਜ਼ੀਆਂ ਦੂਸਰਾ ਹੋ ਗਈਆਂ, ਹੋਰ ਜਨਵਰੀ ਤੋਂ ਸਟਾਰਟ ਕਰਨ ਲੱਗ ਗਏ ਲੋਕ, ਅਤੇ ਜਨਵਰੀ ਦੁਬਾਰੇ ਆਉਣ ਵਾਲੀ ਹੋਊਗੀ, ਬਾਜ਼ੀਆਂ ਹਜੇ ਬੰਦ ਨਹੀਂ। ਸੋ ਕਾਫੀ ਸ਼ੌਂਕ ਆ, ਕਲੱਬ ਜਿੰਨੇ ਮਰਜ਼ੀ ਤੁਸੀਂ ਬਣਾਓ ਪਰ ਵਧੀਆ ਕਲੱਬ ਇਨਸਾਫ, ਇਹਦੇ ਵਿੱਚ ਕੋਈ ਇਹ ਫਰਕ ਨਾ ਹੋਵੇ ਕਿ ਯਾਰ ਇਹ ਸਾਡੇ ਗਰੁੱਪ ਦਾ ਕਬੂਤਰ ਉੱਡਦਾ, ਅਤੇ ਇਹ ਚੀਜ਼ਾਂ ਤੋਂ ਉੱਪਰ ਉੱਠ ਕੜਾਂਗੇ ਫਿਰ ਸਾਡਾ ਵੀ, ਆਪਾਂ ਕਿਸੇ ਦਾ ਪੱਖਪਾਤ ਨਾ ਕਰੋ, ਜੇ ਉੱਡੂ ਕਬੂਤਰ ਨੂੰ ਬਾਜੀ ਦਿਓ। ਦੇਖੋ ਜੀ ਅਸੀਂ ਹੁਣ ਇੱਥੇ ਆਪਦੇ ਕੋਲੋਂ ਜਿਹੜੀ ਝੱਬਰ ਪਿੰਡ ਸਾਡੇ ਪਿੰਡ ਦਾ ਮੁੰਡਾ ਮਨਦੀਪ ਮੰਨੂ ਜੀ, ਉਹ ਕੈਨੇਡਾ ਦੇ ਵਿੱਚ ਹੈ, ਉਹ ਬੰਦੇ ਦੀ ਸਾਨੂੰ ਬਹੁਤ ਦੇਣਾ ਹੈ, ਮਤਲਬ ਅਸੀਂ ਬਾਜ਼ੀਆਂ ਜਦੋਂ ਕਰਾਉਣੇ ਆ ਸਾਨੂੰ ਮਤਲਬ ਬਾਹਰ ਬੈਠੇ ਕਹਿਣ ਦਾ ਕੋਈ ਗੱਲ ਨਹੀਂ, ਮੈਂ ਆਪੇ ਨਾਮ ਨੂੰ ਤੁਸੀਂ ਬਾਜ਼ੀਆਂ ਰੱਖੋ, ਵੀ ਉਹਨੇ ਮਤਲਬ ਸਾਨੂੰ ਆਫਰ ਦਿੱਤੀ ਵੀ ਹੈ ਤੁਸੀਂ ਬਾਜ਼ੀਆਂ ਕਰਾਓ, ਮੈਂ ਤੁਹਾਨੂੰ ਨਾਮ ਦਿਉਂ। ਉਹ ਬੰਦੇ ਨੇ ਮਤਲਬ ਕਿ ਵੀ ਆਪਦੇ ਕੋਲੋਂ ਇੱਕ ਤਾਂ ਕਰਿਆੜ ਵਾਲੇ ਪਿੰਡ ਦੇ ਵਿੱਚ ਬਾਜ਼ੀ ਹੋਈ, ਉੱਥੇ ਫਰਿੱਜ ਦਿੱਤਾ ਜੀ, ਐਤਕੀ ਝੱਬਰ ਬਾਜ਼ੀ ਵੀ ਉੱਥੇ ਫਰਿੱਜ ਦਿੱਤਾ, ਅਸੀਂ ਆਪਦੇ ਕੋਲੋਂ ਫਰਿੱਜ ਦੇ ਰਹੇ ਹਾਂ 12-13 ਹਜ਼ਾਰ ਰੁਪਈਏ ਦਾ ਫਰਿੱਜ ਹੈ ਜੀ। ਅਸੀਂ ਉਹ ਬਾਜ਼ੀ 'ਤੇ ਗਲਤ ਕੰਮ ਕਰਾਂਗੇ ਤਾਂ ਸਾਡੀ ਮਤਲਬ ਉੱਥੇ ਕਿੰਨੀ ਇਨਸਲਟ ਹੋਊਗੀ, ਕਿੰਨੀ ਇਨਸਲਟ ਹੋਊਗੀ ਵੀ ਜੇ ਅਸੀਂ ਉੱਥੇ 12-13 ਹਜ਼ਾਰ ਰੁਪਈਆ ਲਾ ਸਕਦੇ ਹਾਂ, ਅਸੀਂ ਪੱਖਪਾਤ ਕਿਉਂ ਕਰਾਂਗੇ? ਵੈਰੀ ਗੁੱਡ। ਸੋ ਤੁਸੀਂ ਬਜ਼ੁਰਗੋ ਕੋਈ ਗੱਲ ਕਹਿਣ ਲੱਗੇ ਸੀ? ਮੈਂ ਕਹਿਣ ਲੱਗਾ ਜੀ, ਮੈਂ ਜਿੰਨੀਆਂ ਵੀ ਬਾਜ਼ੀਆਂ ਛੱਡੀਆਂ ਮੇਰਾ ਰਿਕਾਰਡ ਹੈ, ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਪੱਲਾ ਨਹੀਂ ਮਾਰਦਾ, ਤੁਸੀਂ ਵੀ ਪੱਲਾ ਨਾ ਮਾਰੀ ਮੇਰੇ ਨੂੰ ਜਿਵੇਂ ਦਾ, ਜੇ ਮੇਰਾ ਵਹਿ ਵੀ ਗਿਆ ਮੈਂ ਪਹਿਲਾਂ ਕਹਿ ਦੂੰ ਮੇਰਾ ਉਹ ਵਹਿ ਗਿਆ, ਐਂ ਨਹੀਂ ਕਦੇ ਬੈਠਾ ਰਹਿੰਦੇ ਬੈਠਾ ਗਿਆ, ਸਾਡੇ ਕੈਮਰਾਮੈਨ ਦਾ ਜਿਹੜਾ ਫਲੈਸ਼ ਕਰ ਰਹੀ ਹੈ, ਬੈਟਰੀ ਫਲੈਸ਼ ਕਰ ਰਹੀ ਆ। ਸੋ ਅਸੀਂ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਜੀ, ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਜੀ। ਇੱਕ ਵਾਰੀ ਫਿਰ ਦੋਸਤੋ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਸੋ ਕੁਛ ਕੁ ਜਿਹੜੇ ਕਿ ਨਵੇਂ ਪਲੇਅਰ ਉੱਠ ਰਹੇ ਆ ਮੁੰਡੇ, ਵਧੀਆ ਕਲੱਬ ਬਣਾਇਆ ਉਹਨਾਂ ਨੇ, ਆਪਣੀਆਂ ਬਾਜ਼ੀਆਂ ਛੁਡਵਾ ਰਹੇ ਆ, ਬੜਾ ਅੱਛਾ ਸ਼ੁਰੂਆਤ ਕੀਤੀ ਆ। ਸੋ ਬਾਈ ਜੱਗੂ ਹੁਣੀ, ਸੋ ਮੈਂ ਜੱਗੂ ਭਾਈ ਤੁਹਾਨੂੰ ਕਦੋਂ ਕਦਾ ਇਹ ਸ਼ੌਂਕ ਹੋ ਗਿਆ? 5-6 ਸਾਲ ਹੋ ਗਏ। 5-6 ਸਾਲ ਹੋ ਗਏ, ਥੋੜ੍ਹਾ ਚਿਰ ਹੋਇਆ ਪੁਰਾਣਾ ਬੈਕਗ੍ਰਾਉਂਡ ਕੀ ਆ?
ਉਹ ਆਪਣੇ ਪਤਾ ਕੁਝ ਕਿਹੜੇ ਰਾਜਨ ਵਾਲੇ ਰਾਜਨ ਤੋਂ ਲੈ ਸੀਗੇ ਜੀ ਅੱਛਾ ਰਾਜਨ ਵਾਲਿਆਂ ਦੇ ਵਿੱਚ ਜੀ ਰਾਜਨ ਵਾਲਿਆਂ ਦੇ ਠੀਕ ਹੈ ਜੀ ਸੋ ਬਾਈ ਨਾ ਇਹਨੇ ਗਾਲੇ ਘਾਂਗਣੇ ਵਾਲੇ ਨਹੀਂ ਗਾਲੇ ਕੋਠਾ ਦੇ ਵਿੱਚ ਠੀਕ ਹੈ ਜੀ ਸੋ ਬਾਈ ਜੀ ਉਹਨਾਂ ਨੂੰ ਬੜਾ ਵਧੀਆ ਸ਼ੌਂਕ ਆ ਜੀ ਤੁਹਾਡਾ ਵੀ ਨਾਮ ਸੌਰੀ ਮੈਂ ਜਗਮੀਤ ਸਿੰਘ ਜਗਮੀਤ ਸਿੰਘ ਸੋ ਜਗਮੀਤ ਤੁਹਾਨੂੰ ਕਰੋ ਕਿਹਦਾ ਸ਼ੌਂਕ ਹੈ ਮੈਨੂੰ ਤਕਰੀਬਨ ਹੋ ਗਈ 18-19 ਸਾਲ ਹੁਣ ਉਮਰ ਕਿੰਨੀ ਮੈਨੂੰ ਹਜੇ ਵੀ 18-19 ਸਾਲ ਲੱਗ ਨਹੀਂ ਜੀ ਹੁਣ ਤਾਂ 35-36 ਸਾਲ ਲੱਗਦੇ ਤਾਂ ਮਤਲਬ ਜਵਾਨ ਹੀ ਹੋ ਜੀ ਬਿਲਕੁਲ ਠੀਕ ਹੈ ਸੋ ਤੁਹਾਨੂੰ 18-19 ਸਾਲ ਹੋ ਗਏ ਕਬੂਤਰ ਰੱਖਿਆ ਜੀ ਸ਼ੌਂਕ ਕਦੋਂ ਤੁਸੀਂ ਸ਼ੌਂਕ ਤਾਂ ਬਚਪਨ ਤੋਂ ਸੀਗਾ ਜੀ ਜੋ ਖੇਡਦੇ ਸੀ ਗੁਆਂਢੀ ਕਿਤੇ ਚਲੇ ਜਾਂਦੇ ਕਿ ਘਰੇ ਰੱਖੇ ਸੀ ਨਹੀਂ ਘਰੇ ਰੱਖਣ ਨੂੰ ਮੈਨੂੰ ਹੋ ਗਈ 18-19 ਸਾਲ ਠੀਕ ਹੈ ਅਤੇ ਪਹਿਲਾਂ ਉੱਥੇ ਗਵਾਂਢ 'ਚ ਹੁੰਦੇ ਸੀਗੇ ਜੀ ਜਦੋਂ ਸਕੂਲ ਨੂੰ ਜਾਂਦੇ ਜਾਂ ਸਕੂਲ ਤੋਂ ਵਾਪਸ ਆਉਂਦੇ ਉੱਥੇ ਲਾਜ਼ਮੀ ਹਾਜ਼ਰੀ ਲਵਾ ਕੇ ਆਉਂਦੇ ਸੀ ਪੂੰਜੇ ਪਾਂਜੇ ਪੱਟੇ ਮਤਲਬ ਨਹੀਂ ਪੂੰਜੇ ਪਾਂਜੇ ਤਾਂ ਨਹੀਂ ਪੱਟੇ ਹੀ ਇਹੋ ਜਿਹੀ ਗੱਲ ਤਾਂ ਨਹੀਂ ਕਰੀ ਕਿ ਪੂੰਜੇ ਵੱਟਣ ਵਾਲੀ ਤਾਂ ਕਿਉਂਕਿ ਸ਼ੌਂਕ ਪਹਿਲਾਂ ਤੋਂ ਹੀ ਸੀਗਾ ਬਚਪਨ ਤੋਂ ਸ਼ੌਂਕ ਸੀਗਾ ਅਤੇ ਵਧੀਆ ਕਿੱਦਾਂ ਲੱਗਦਾ ਹੈ ਤੁਹਾਨੂੰ ਜਿੱਦਾਂ ਹੁਣ 18-19 ਸਾਲ ਹੋ ਗਏ ਅੱਜ ਕੋਈ ਮਨ ਨੂੰ ਇੱਦਾਂ ਦੀ ਤੁਹਾਡੇ ਦਿਲ 'ਚ ਆ ਰਹੀ ਗੱਲ ਯਾਰ ਮੇਰਾ ਵਧੀਆ ਸ਼ੌਂਕ ਨਹੀਂ ਸੀ ਨਹੀਂ ਬਹੁਤ ਵਧੀਆ ਪੂਰਾ ਸ਼ੌਂਕ ਵਧੀਆ ਪੜ੍ਹਾਈ ਵੀ ਕੀਤੀ ਜੀ ਨਾਲ ਮੈਂ ਪ੍ਰੋਫੈਸਰ ਸਾਹਿਬ ਸੀ ਮੈਂ ਵੀ MA BEd ਆ ਜੀ ਉਹ ਵੈਰੀ ਗੁੱਡ ਯਾਰ ਸੋ MA BEd ਸੋ ਬੜਾ ਮੈਨੂੰ ਯਾਰ ਚੰਗਾ ਲੱਗ ਰਿਹਾ ਕਿ ਦੇਖੋ MA BEd ਮੇਰੇ ਨਾਲ ਬਾਈ ਜੀ ਹੁਣੀ ਬੈਠੇ ਆ ਸੋ ਹੁਣ ਉਹ ਗੱਲਾਂ ਨਹੀਂ ਰਹਿਗੀਆਂ ਕਿ ਮੁੰਡੇ ਪੜ੍ਹਦੇ ਨਹੀਂ ਗੇ ਸੋ ਪੜ੍ਹਦੇ ਵੀ ਆ ਅਤੇ ਨਾਲ ਆਪਣੇ ਸ਼ੌਂਕ ਪੂਰੇ ਕਰ ਮੈਂ ਜੀ 9ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਉਹਦੇ ਰੱਖੇ ਮੇਰੇ ਨਾਲ ਨਾਲ ਹੀ ਪੜ੍ਹਾਈ ਕੀਤੀ ਉਹਨਾਂ ਤੋਂ ਲੈ ਕੇ ਵੈਰੀ ਗੁੱਡ ਸੋ ਬਹੁਤ ਵਧੀਆ ਯਾਰ ਰੋਲ ਮਾਡਲ ਸਾਡੇ ਕਬੂਤਰ ਵਾਲੇ ਵੀਰ ਬਣ ਰਹੇ ਆ ਸੋ ਮੈਨੂੰ ਬੜਾ ਪ੍ਰਾਊਡ ਹੋ ਰਿਹਾ ਕਿ ਇੱਕ ਜਦੋਂ ਨਾ ਕੋਈ ਪੜ੍ਹਦੇ ਆ ਤਾਂ ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਕਿ ਜੇ ਕੱਲ੍ਹ ਨੂੰ ਕਿਸੇ ਹੋਰ ਬੱਚੇ ਨੇ ਰੱਖਣੇ ਆ ਸੋ ਇਹਨਾਂ ਨੂੰ ਦੇਖ ਕੇ ਮੈਂ ਕਿਹਾ ਉਹਨਾਂ ਪੜ੍ਹੋ ਵੀ ਨਾਲ ਅਤੇ ਆਪਣੇ ਸ਼ੌਂਕ ਵੀ ਪੂਰੇ ਕਰੋ ਹੁਣ ਨਾਲ ਤੁਸੀਂ ਕੋਈ ਕਲੱਬ ਵੀ ਸ਼ੁਰੂ ਕੀਤਾ ਹੋਇਆ ਕਲੱਬ ਹਾਂਜੀ ਪਿਛਲੇ ਸਾਲ ਬਣਾਇਆ ਸੀਗਾ ਜੀ ਅਸੀਂ 32-16 ਅਤੇ 3 ਵਾਰੀਆਂ ਕਰਵਾਈਆਂ ਸੀਗੀਆਂ ਅਤੇ 3 ਵਾਰੀਆਂ ਵਧੀਆ ਕਰਵਾਈਆਂ ਵਧੀਆ ਪੂਰਾ ਇਨਸਾਫ ਜੀ ਸੋ ਨਾਲ ਜਿਹੜੇ ਯਾਰ ਬੇਲੀ ਉਹਨਾਂ ਨੂੰ ਕਿਤੇ ਗੱਲਬਾਤ ਕੋਈ ਬਾਅਦ 'ਚ ਕਰ ਲਵਾਂਗੇ ਨਹੀਂ ਨਹੀਂ ਅਸੀਂ ਵਿਆਜ ਵੀ ਦਿੱਤਾ ਜੀ ਜਿਹੜੀਆਂ ਐਂਟਰੀਆਂ ਲਈਆਂ ਸੀ ਐਂਟਰੀਆਂ ਦਾ ਉਦੋਂ ਤੱਕ ਦਾ ਸਾਰਾ ਵਿਆਜ ਦਿੱਤਾ ਜੀ ਅੱਛਾ ਸਾਡੇ ਕੋਲ ਉਹਦੇ ਵਿੱਚੋਂ 17,000 ਰੁਪਇਆ ਬਚ ਗਿਆ ਸੀ 16,000 ਰੁਪਇਆ ਅਸੀਂ ਆਪਦੇ ਪੱਲਿਓਂ ਪਾ ਕੇ ਲੁੱਟ ਸਕਦੇ ਲਾਸਟ ਵਾਰ ਵੈਰੀ ਗੁੱਡ ਸੋ ਬਹੁਤ ਵਧੀਆ ਦੋਸਤੋ ਦੇਖ ਲਓ ਕਹਿੰਦੇ ਜੇ ਕੁਛ ਜਿਹੜੇ ਉਹ ਪੈਸੇ ਐਂਟਰੀ ਪਹਿਲਾਂ ਲੈ ਲਈ ਉਹਦਾ ਕੋਈ ਇੰਟਰਸਟ ਵਿਆਜ ਮਿਲਦਾ ਅਤੇ ਉਹ ਵੀ ਜਿਹੜੇ ਉਹਦੇ ਵਿੱਚ ਹੀ ਉਹਨਾਂ ਨੇ ਸ਼ੇਅਰ ਕਰ ਦਿਓ ਸੋ ਬਹੁਤ ਧੰਨਵਾਦ ਵੀਰ ਤੁਹਾਡਾ ਸੋ ਹੋਰ ਬਾਈ ਜੀ ਇੱਕ ਤੁਸੀਂ ਕਿਸੇ ਜੀ ਇਹ ਬਾਈ ਹੁਣ ਇਹਨਾਂ ਨੇ ਵੀ ਨਵੇਂ ਰੱਖੇ ਨਹੀਂ ਇਹ ਮੇਰੇ ਨਾਲ ਹੀ ਰਹਿੰਦੇ ਅੱਛਾ ਸਾਰੇ ਨਾਲ ਹੀ ਆਏ ਹੈ ਨਾ ਆਪਣਾ ਧੰਨਾ ਗਾ ਜੀ ਸੋ ਇਹ ਧੰਨਾ ਬਾਈ ਹੈ ਨਾ ਬੜੀ